ਕਿਉਂ ਸਤਾਉਂਦੇ ਹੋ? ਇੱਕ ਵਾਰੀ ਗੱਲ ਕਹਿ ਦਿੱਤੀ, ਪੱਥਰ ਦੀ ਲੀਕ ਹੈ ਨਹੀਂ ਛੋਡੂ ਰੇ ਬਾਬਾ ਰਾਮ ਨਾਮ। ਜ਼ਿਕਰ ਤਾਂ ਅੱਜ ਪ੍ਰਹਿਲਾਦ ਦਾ ਹੀ ਕਰਨਾ ਸੀ, ਕਿਉਂਕਿ ਪਰਸੋਂ ਬਚਨ ਕੀਤਾ ਸੀ, ਅੱਧੀ ਸਾਖੀ ਹੋਈ ਸੀ, ਅੱਧੀ ਬਕਾਇਆ ਰਹਿੰਦੀ ਸੀ। ਪਰ ਅੱਜ ਜਦੋਂ ਮੇਰੇ ਵੀਰ ਕੀਰਤਨੀਏ ਨੇ ਪੰਗਤੇ ਦਿੱਤੇ, ਆਏ ਸੰਤ ਪਰਾਹੁਣੇ, ਹੋਇਆ ਕੀਰਤਨ ਰਹਿਣ ਸਬਾਈ, ਤੇ ਮੈਂ ਹੁਣੇ ਹੀ ਅੰਦਰ ਜ਼ਿਕਰ ਕਰ ਰਿਹਾ ਸਾਂ, ਮੇਰਾ ਚਿੱਤ ਤਾਂ ਇਹ ਕਰਦਾ ਇਹ ਮਕਾਨ ਬੇਸ਼ੱਕ ਨਾ ਬਣੇ, ਇਹ ਛੱਪੜ ਹੀ ਰਹਿਣ, ਇੱਕ ਅੱਖਾਂ ਦੀ ਕੁੱਲੀ ਰਹੇ ਬੇਸ਼ੱਕ। ਪਰ ਜੇ ਕਿਤੇ ਵਾਹਿਗੁਰੂ ਮੇਰੀ ਸੁਣ ਲਵੇ ਤਾਂ ਇੱਥੇ ਅੱਠ ਪੈਰ ਕੀਰਤਨ ਹੋ ਕੀਰਤਨ ਹੋਵੇ। ਇਹ ਗੁਰਦੁਆਰਿਆਂ ਵਰਗਾ ਗੁਰਦੁਆਰਾ ਨਹੀਂ, ਗੁਰਦੁਆਰੇ ਉੱਚੇ ਹਨ, ਸੁੱਚੇ ਹਨ, ਪੂਜਨ ਯੋਗ ਹਨ, ਮੱਥਾ ਟੇਕਣ ਦੀਆਂ ਥਾਵਾਂ ਹਨ, ਗੁਰਦੁਆਰੇ ਜਾਇਆ ਕਰੋ, ਸਿੱਖ ਦਾ ਨਿਸ਼ਾਨਾ ਹੀ ਗੁਰਦੁਆਰਾ ਹੈ। ਪਰ ਇਹ ਗੁਰਦੁਆਰਾ ਉਸ ਤਰ੍ਹਾਂ ਦਾ ਨਹੀਂ, ਇਹ ਕੀਰਤਨ ਦਾ ਨਿਸ਼ਾਨ ਚੁਲਦਾ, ਸਿਰਫ ਕੀਰਤਨ। ਇਹ ਉਸ ਤਰ੍ਹਾਂ ਦਾ ਗੁਰਦੁਆਰਾ ਜਿਹੜਾ ਘਰ ਘਰ ਭਾਈ ਸਾਹਿਬ ਆਖਦੇ ਨੇ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਔਰ ਬਾਬਾ ਜੀ ਨੂੰ ਕੀਰਤਨ ਏਡਾ ਪਿਆਰਾ, ਏਡਾ ਪਿਆਰਾ। ਇੱਕ ਰਾਤੀ ਕੀਰਤਨ ਕਰ ਰਹੇ ਸਨ, ਭੋਗ 11 ਵਜੇ ਪੈਣਾ ਸੀ, ਕੀਰਤਨ ਹੋ ਰਿਹਾ, ਸਾਚੀ ਪ੍ਰੀਤ ਹਮ ਤੁਮ ਸੰਗ ਜੋੜੀ, ਤੇ ਬਾਬਾ ਜੀ ਨੇ ਬੈਰਾਗਨ ਲਈ ਹੋਈ ਹੈ, ਜੂਲ ਰਹੇ ਹਨ ਬੈਰਾਗਨ ਤੇ। ਇਹੋ ਜਿਹਾ ਸਮਾਂ ਕਦੀ ਕਦੀ ਬਣਦਾ ਸੀ ਕਿ ਜਦੋਂ ਬਾਬਾ ਜੀ ਟੋਕਣ ਨਹੀਂ, ਸ਼ਬਦ ਸੁਣਦਿਆਂ ਹੀ ਬੈਰਾਗਨ ਚੁੱਕ ਲਵਣ ਤਾਂ ਸ਼ੁਕਰ ਕਰੀਦਾ, ਕਿਉਂਕਿ ਉਹਨਾਂ ਨੂੰ ਸ਼ਬਦ ਪਸੰਦ ਹੀ ਨਹੀਂ ਸੀ ਆਉਂਦਾ। ਉਹਨਾਂ ਦੀ ਜਿੱਥੇ ਬਿਰਤੀ ਹੋਵੇ, ਜਦ ਤੱਕ ਉਸ ਥਾਂ ਦਾ ਸ਼ਬਦ ਨਾ ਬੋਲਿਆ ਜਾਏ, ਬਦਲਾਈ ਰੱਖਦੇ ਸਨ। ਆਂਦੇ ਸਨ ਸੁਰਤ ਦੀ ਸਵਾਰੀ ਹੈ ਸ਼ਬਦ, ਤੇ ਸ਼ਬਦ ਹਨ ਜਮਾਤਾਂ ਦੇ। ਹੋਵੇ 10ਵੀਂ ਪੜ੍ਹਦਾ ਤੇ ਕਹਿਦਾ ਦੇਈਏ ਪਹਿਲੀ ਦਾ, ਲੈ ਲਵੇਗਾ ਨਹੀਂ ਲਏ? ਇਸੇ ਤਰ੍ਹਾਂ ਬਾਣੀ ਦੇ ਹਰ ਸ਼ਬਦ ਵਿੱਚ ਜਮਾਤ ਹੈ, ਔਰ ਇਹ ਜੈਸੀ ਸੁਰਤ ਹੈ ਜਿਸ ਦੀ, ਇਹ ਜਮਾਤ ਉਸੇ ਮੁਤਾਬਕ ਹੈ। ਬਾਬਾ ਜੀ ਜਿਸ ਵੇਲੇ ਜਿਸ ਮੰਜ਼ਿਲ ਤੇ ਹੁੰਦੇ ਸਨ, ਸ਼ਬਦ ਉਹ ਜਿਹਾ ਸੁਣਦੇ ਸਨ, ਅਸੀਂ ਉਸ ਮੰਜ਼ਿਲ ਦੇ ਸਾਂ ਨਹੀਂ, ਉਹ ਜਿਹਾ ਸ਼ਬਦ ਕਿਵੇਂ ਪੜ੍ਹੀਏ? ਕਦੇ ਉਹਨਾਂ ਦੀ ਆਪਣੀ ਕਿਰਪਾ ਨਾਲ ਉਹੀ ਉਹ ਸ਼ਬਦ ਕਿਤੇ ਆ ਜਾਏ ਜਿਸ ਰੰਗ ਵਿੱਚ ਉਸ ਵੇਲੇ ਉਹ ਬੈਠੇ ਹੋਣ, ਤੇ ਫਿਰ ਦੁਬਾਰਾ ਨਹੀਂ ਸਨ ਕਹਿੰਦੇ। ਫਿਰ ਬੈਰਾਗਨ ਚੁੱਕੀ ਤੇ ਉੱਤੇ ਸੀਸ ਟਿਕਾ ਲਿਆ। ਉਹ ਦਿਨ ਐਸਾ ਹੀ ਸੀ, ਕੀਰਤਨ ਹੋ ਰਿਹਾ, ਸਾਚੀ ਪ੍ਰੀਤ ਅਮ ਤੁਮ ਸੰਗ ਜੋਰੀ, ਬਾਬਾ ਜੀ ਬੈਰਾਗਨ ਤੇ ਚੁਗਲ ਰਹੇ ਸਨ, 11 ਵਜਣ ਵਾਲੇ ਹੋ ਗਏ ਰਾਤ ਦੇ। ਸੋਚਿਆ ਇਹੋ ਜਿਹਾ ਸਮਾਂ ਬਾਰ ਬਾਰ ਕਿੱਥੇ ਮਿਲਦਾ, ਚਲੋ ਥੋੜਾ ਚਿਰ ਹੋਰ ਕੀਰਤਨ ਕਰ ਲਵੀਏ। ਅਜੇ 10 ਮਿੰਟ ਉੱਪਰ ਕੀਤੇ ਸਨ ਕਿ ਪਿੱਛੋਂ ਕੀਰਤਨੀਆਂ ਵਿੱਚੋਂ ਹੀ ਆਵਾਜ਼ ਆਈ, ਭਾਈ ਤੂੰ ਭੋਗ ਕਿਉਂ ਨੀ ਪਾਉਂਦਾ? ਕਈ ਨੂੰ ਨੀਂਦ ਆਈ ਸੀ, ਆ ਵਿੱਚੋਂ ਹੀ ਕਈ ਉਂਗਾ ਲੈਂਦੇ ਹਨ, ਆ ਭਾਊ ਸੌਂ ਜਾਂਦਾ ਕਈ ਵਾਰ, ਭਾਵੇਂ ਹੁਣ ਵੀ ਸੁੱਤਾ ਪਿਆ ਹੋਵੇ। ਆ ਪਾਊ ਦਾ ਜ਼ਿਕਰ ਕਰ ਰਿਹਾ ਸੀ ਵੀ 101 ਦੇ 100 ਦੇ, ਉਹ ਮੈਂ ਪਾਊ ਕੋਲੋਂ ਇਸ ਵਾਸਤੇ ਨਹੀਂ ਸਾ ਮੰਗ ਰਿਹਾ, ਉਹ ਸਾਡੀ ਆਪਣੀ ਗੱਲ ਸੀ।
ਬਾਊ ਸਿਰਫ ਕੋਈ ਮੇਰਾ ਜੋਟੀਦਾਰ ਨਹੀਂ, ਜੋੜੀਦਾਰ ਨਹੀਂ, ਇਹ ਮੇਰਾ ਸਖਾ ਵੀ ਹੈ। ਰਲ ਕੇ ਜੰਮੇ ਸਾਂ, ਚਾਰ ਦਿਨ ਛੋਟਾ ਮੈਂ ਇੱਥੋਂ, ਇੱਕੋ ਜਿੱਡਾ ਹੀ ਸਮਝੋ। ਕਦੇ ਕਦੇ ਉਹ ਪਿਛਲੀਆਂ ਗੱਲਾਂ ਯਾਦ ਆਉਂਦੀਆਂ ਨੇ, ਇੱਕ ਵਾਰੀ ਅਸੀਂ ਰਲ ਕੇ ਭੰਗ ਪੀ ਲਈ ਤੇ ਲੰਮੇ ਪਏ ਹੋਏ ਸਾਂ ਇੱਕੇ ਮੰਜੀ ਤੇ। ਮੈਂ ਸੋਚਿਆ ਵੀ ਭੰਗ ਪੀ ਕੇ ਮਿੱਠਾ ਖਾਈਏ ਤੇ ਬੜਾ ਸਵਾਦ ਆਉਂਦਾ, ਪਰ ਇਹ ਪਾਊ ਵਿੱਚੋਂ ਮੰਗ ਲਏਗਾ। ਮੈਂ ਪਿੰਨੀਆਂ ਲਿਆਇਆ ਤੇ ਲੁਕਾ ਕੇ ਰੱਖੀ। ਜਦ ਤੋਂ ਬਾਅਦ ਮੈਂ ਪਿੰਨੀ ਤੋੜੀ ਤੇ ਜਿਸ ਵੇਲੇ ਖਾਣ ਲੱਗਾ, ਮੈਨੂੰ ਕਹਿੰਦਾ ਕੀ ਪਿਆ ਖਾਣਾ। ਮੈਂ ਆਖਿਆ ਵੀ ਜੋ ਕੁਝ ਸੀ ਉਹ ਮੈਂ ਖਾ ਚੁੱਕਾ, ਹੋਰ ਕੋਈ ਨੀ। ਕਹਿਣ ਲੱਗਾ ਨੀ ਤੇਰੇ ਕੋਲ ਹੈ, ਕਹੇ ਤਲਾਸ਼ੀ ਲੈ ਲੈ। ਨਾ ਗੱਲ ਚੋਲਾ ਸੀ, ਨਾ ਸਿਰ ਤੇ ਪੱਗ ਸੀ, ਲੰਮੇ ਪੈਸਾ ਮੰਜੀ ਤੇ ਇਹਨੇ ਚੰਗੀ ਤਰ੍ਹਾਂ ਨਿਗਾਹ ਕੀਤੀ ਵੀ ਇਹਦੇ ਕੋਲ ਹੈ ਤਾਂ ਕੁਛ ਨਾ। ਜਦ ਤੋਂ ਬਾਅਦ ਮੈਂ ਥੋੜੀ ਜਿਹੀ ਪਿੰਨੀ ਹੋਰ ਖਾਧੀ। ਇਹ ਪੁੱਛਦਾ ਵੀ ਕਿੱਥੋਂ ਖਾ ਰਹੇ ਹੈ, ਮੈਂ ਆਖਿਆ ਵੀ ਬਸ ਇਹ ਹੀ ਸੀ, ਹੋਰ ਕੋਈ। ਇਹ ਉੱਠਿਆ, ਇਹਨੇ ਮੇਰੀ ਤਲਾਸ਼ੀ ਲਈ, ਕਹਿੰਦਾ ਹੋਰ ਤਾਂ ਕੁਛ ਨਹੀਂ। ਤੇ ਚੱਟ ਬਾਅਦ ਜਿਸ ਵੇਲੇ ਮੈਂ ਥੋੜੀ ਜਿਹੀ ਹੋਰ ਖਾਧੀ, ਫਿਰ ਇਹ ਆਖਦਾ ਵੀ ਤੇਰੇ ਕੋਲ ਹੈ ਪਰ ਪਤਾ ਨੀ ਲੱਗਦਾ ਤੂੰ ਕਿੱਥੇ ਛੁਪਾਈ ਹੋਈ ਹੈ। ਇਹਨੇ ਸਾਰੀ ਤਲਾਸ਼ੀ ਚੰਗੀ ਤਰ੍ਹਾਂ ਮੇਰੀ ਲੀਤੀ ਤੇ ਜਿਸ ਵੇਲੇ ਫਿਰ ਮੈਂ ਖਾਧੀ, ਮੈਨੂੰ ਆਖਦਾ ਮੈਂ ਮੰਗਦਾ ਨੀ, ਮੈਨੂੰ ਇਹ ਤਾਂ ਦੱਸ ਬਈ ਕਿੱਥੇ ਲੁਕਾਈਆਂ ਹੋਈਆਂ ਨੀ। ਮੈਂ ਆਖਿਆ ਜੂੜੇ ਵਿੱਚ, ਜੂੜੇ ਵਿੱਚ ਲੁਕਾਈ ਬੈਠਾ ਸਾਂ। ਆਖਦਾ ਮੰਨਦਾ ਨਹੀਂ, ਮਨ ਜੂੜੇ ਵਿੱਚ ਪਿੰਨੀਆਂ। ਆਖੇ ਹਾਂ, ਆਖੇ ਦਿਖਾ, ਜੂੜਾ ਮੇਰਾ ਵੱਡਾ ਹੁੰਦਾ ਸੀ। ਇਹ ਵੇਖਣ ਲੱਗਾ ਤੇ ਉਹ ਕੌੜਜੀ ਪਈ ਸੀ, ਚੁਣ ਚੁਣ ਕੇ ਪਿਆ ਖਾਵੇ। ਉਹ ਸਾਡਾ ਹਿਸਾਬ ਸਖੇ ਵਾਲਾ ਹੈ। ਉਹ ਬਚਪਨ ਦੀਆਂ ਯਾਦਾਂ ਕਈ ਵਾਰੀ ਆ ਜਾਂਦੀਆਂ ਨੇ। ਇਹ ਵੀ ਇੱਕ ਹੋਰ ਗੱਲ ਸੀ, ਭਾਈ ਪ੍ਰਤਾਪ ਸਿੰਘ ਨੇ ਸਮਝਿਆ ਵੀ ਖਬਰੇ ਮੈਂ ਪਾਊ ਤੋਂ ਉਗਰਾਹੀ ਕਰ ਰਿਹਾ ਸਾਂ। ਮੈਂ ਉਗਰਾਹੀ ਜਦੋਂ ਕਰਾਂਗਾ ਸਿਰਫ ਪਾਊ ਕੋਲੋਂ ਨਾ ਕਰਾਂਗਾ, ਸਭ ਤੋਂ ਕਰਾਂਗਾ। ਪਰ ਪੈਸੇ ਦੀ ਨਹੀਂ ਕਰਦਾ। ਬਾਬਾ ਜੀ ਆਉਂਦੇ ਸਨ, ਪੈਸਾ ਨੀ ਮੰਗਤੇ, ਕੱਪੜਾ ਨੀ ਮੰਗਤੇ, ਪਰ ਬਈ ਮੰਗਤੇ ਹੈ, ਅਸੀਂ ਮੰਗਦੇ ਹਾਂ ਜ਼ਰੂਰ। ਸਾਨੂੰ ਕੀ ਦਿਓ? ਸਾਨੂੰ ਸਮਾਂ ਦਿਓ, ਸਾਨੂੰ ਵਕਤ ਦਿਓ, ਆਪਣੇ ਟਾਈਮ ਚੋਂ ਥੋੜਾ ਜਿਹਾ ਟਾਈਮ ਕੱਢ ਕੇ ਉਹ ਸਾਨੂੰ ਦਿਓ। ਉਸ ਨਾਲ ਕੀ ਕਰੋ? ਉਸ ਨਾਲ ਜਪੋ ਸ੍ਰੀ ਵਾਹ, ਨਾਮ ਜਪੋ, ਤੁਹਾਡਾ ਵੀ ਭਲਾ ਹੋਵੇਗਾ ਤੇ ਮੇਰਾ ਵੀ ਭਲਾ ਕਰੋਗੇ। ਬਾਕੀ ਰਹੀ ਇਹ ਮਾਇਆ, ਇਹ ਅਸੀਂ ਨਹੀਂ ਮੰਗਣੀ। ਮੰਗਣੀ ਹੁੰਦੀ ਤੇ ਜਦੋਂ ਆਰੰਭ ਕੀਤਾ ਸੀ, ਸ਼ੁਰੂ ਕਰ ਦਿੰਦੇ। ਵੱਡੇ ਵੱਡੇ ਗੁਰਪੁਰਬ ਹੋਏ, ਕਦੀ ਉਗਰਾਹੀ ਦਾ ਸਮਾਂ ਨਾ ਆਇਆ, ਨਾ ਹਯਾਤੀ ਵਿੱਚ ਗੁਰੂ ਕਰੇ ਤੇ ਆਵੇ। ਮੰਗਣ ਗਿਆ ਸੋ ਮਰ ਰਿਹਾ, ਔਰ ਮੰਗਣ ਮੂਲ ਨਾ ਜਾ। ਮੰਗਣ ਦੀ ਲੋੜ ਹੀ ਕਿਹੜੀ ਹੈ? ਅੱਜ ਇੱਕ ਮਾਈ ਆਈ ਜੀ, ਆ ਥੋੜੀ ਜਿਹੀ ਮੇਰੀ ਸੇਵਾ ਰਜੌਰੀ ਵਾਸਤੇ ਲੈ ਲਓ। ਮਾਈ ਬਿਰਦ ਮਾਈ, ਤੂੰ ਕਿੱਥੋਂ ਲਿਆਈ ਤੇਰੇ ਰੁਪਈਏ? ਜੀ ਮੈਂ ਰੱਖੇ ਹੋਏ ਸਨ, ਕਿਸੇ ਭਲੇ ਕੰਮ ਚ ਲਾਵਾਂਗੀ, ਇਹਦੋਂ ਭਲਾ ਕੰਮ ਹੋਰ ਕਿਹੜਾ ਹੈ? ਤੇ ਨਾਲ ਇੱਕ ਪੁੜੀ ਵੀ ਸੀ, ਮੈਂ ਕਿਹਾ ਨਾਲ ਗਹਿਣੇ ਵੀ ਚੁੱਕ ਲਿਆਈ। ਜਦ ਮੈਂ ਪੁੜੀ ਖੋਲੀ ਤੇ ਵਿੱਚ ਪਿਸਤਾ ਸੀ। ਮੈਂ ਮਨ ਨੂੰ ਆਖਿਆ ਮੂਰਖ ਬੰਨਾ, ਤੈਨੂੰ ਗਹਿਣੇ ਕਿਉਂ ਫੁਰੇ? ਤੈਂ ਇਸ ਤੋਂ ਮੰਗਿਆ ਨਹੀਂ, ਤੈਨੂੰ ਸੱਦਿਆ ਨਹੀਂ, ਇਹ ਸਾਈਂ ਦੀ ਪ੍ਰੇਰਣਾ ਨਾਲ ਆਈ ਹੈ, ਤੇ ਤੂੰ ਅਨੁਮਾਨ ਗਹਿਣਿਆਂ ਦਾ ਕਿਉਂ ਲਾਇਆ? ਝੂਠਾ ਪਿਆ ਕਿ ਨਹੀਂ ਪਿਆ?
ਅਸੀਂ ਤੇ ਸਮਝਦੇ ਹਾਂ ਬਈ ਸਾਡੇ ਅਨੁਮਾਨ ਸਾਰੇ ਝੂਠੇ। ਇਸ ਵਾਸਤੇ ਅਸੀਂ ਨਾ ਲਾਈਏ ਤਾਂ ਚੰਗਾ ਹੈ। ਇਹ ਜੋ ਕੁਛ ਬਣਨਾ ਹੈ ਤਾਂ ਬਾਬਾ ਜੀ ਦਾ ਸਥਾਨ ਹੈ, ਜੇ ਉਹਨਾਂ ਦੀ ਨਜ਼ਰ ਹੈ ਤਾਂ ਬਣ ਜਾਏਗਾ। ਜਾਦੂ ਨਾਲ ਬਣਾਉਣਾ ਨਹੀਂ ਬਈ ਰਾਤੀ ਸਵੋ ਤੇ ਸਵੇਰੇ ਬਣਿਆ ਖੜੋਤਾ ਹੋਵੇ। ਇਹ ਸੰਗਤਾਂ ਨੂੰ ਗੁਰੂ ਕਿਰਪਾ ਕਰਕੇ ਉਤਸ਼ਾਹ ਦਾ ਜਦੋਂ ਸਮਾਂ ਦਿੰਦਾ ਹੈ, ਇਹ ਮਾਨੋ ਇਹ ਕੁੰਭ ਦਾ ਮੇਲਾ ਹੈ। ਜਿਸ ਵਿੱਚ ਇੱਕ ਵਾਰੀ ਬਾਦਸ਼ਾਹ ਨੇ ਪੁੱਛਿਆ ਜੋਤਸ਼ੀ ਨੂੰ, ਅਕਬਰ ਬਾਦਸ਼ਾਹ ਨੇ ਜੋਤਸ਼ੀ ਨੂੰ ਪੁੱਛਿਆ, ਮੈਨੂੰ ਇਹ ਦੱਸ ਮੈਂ ਬਾਦਸ਼ਾਹ ਕਿਵੇਂ ਬਣਿਆ ਹਾਂ। ਉਹਨੇ ਹਿਸਾਬ ਲਾ ਕੇ ਦੱਸਿਆ, ਬਾਦਸ਼ਾਹ ਕੁੰਭ ਦਾ ਮੇਲਾ ਸੀ ਔਰ ਤੂੰ ਸੀ ਗਾਈ, ਪਿਛਲੇ ਜਨਮ ਤੂੰ ਗਾਈ ਸੀ, ਗਾ ਲਿਆ ਕੇ ਬਾਜ਼ਾਰ ਵੇਚਦਾ ਸੀ ਤੇ ਪੁਰ ਵੀ ਲੱਗੀ ਹੋਈ ਸੀ। ਤੂੰ ਦੇਖਿਆ ਲੋਕੀ ਦਾਨ ਪੈ ਕਰਦੇ ਹਨ, ਤੈਂ ਪੁੱਛਿਆ ਇਹਦਾ ਕੀ ਫਲ ਹੈ, ਉਹਨਾਂ ਆਖਿਆ ਵੱਡਾ ਫਲ ਹੈ। ਆਖਿਆ ਬਹੁਤਾ ਕਿਹੜੇ ਦਾਨ ਦਾ ਫਲ ਹੁੰਦਾ ਹੈ, ਕਿਸੇ ਆਖਿਆ ਸਰਬੰਸ ਦਾਨ ਦਾ, ਤੇਰੇ ਕੋਲ ਸਰਬੰਸ ਸੀ ਇੱਕ ਖੁਰਪੀ ਤੇ ਇੱਕ ਮੈਲੀ ਚਾਦਰ, ਜਿਸ ਵਿੱਚ ਘਾਹ ਪੁੱਟ ਕੇ ਲਿਆਉਂਦਾ ਸੀ ਤਾਂ ਉਹ ਦੋਵੇਂ ਦਾਨ ਕਰ ਦਿੱਤੇ। ਉਹ ਸਮਾਂ ਸੀ ਕੋਈ ਸਫਲ ਹੋਣ ਵਾਲਾ, ਜਿਸ ਵੇਲੇ ਤੂੰ ਸਰਬੰਸ ਦਾਨ ਕੀਤਾ ਤਾਂ ਤੈਨੂੰ ਉਸਦੇ ਬਦਲੇ ਅੱਜ ਇਹ ਪਾਤਸ਼ਾਹੀ ਪ੍ਰਾਪਤ ਹੈ। ਕਦੇ ਕੋਈ ਐਸਾ ਸਮਾਂ ਆਉਂਦਾ ਔਰ ਜਿਸ ਨੂੰ ਨਿਰੰਕਾਰ ਨੇ ਵਡੇਰੀਆਂ ਦੇਣੀਆਂ ਹੁੰਦੀਆਂ ਨੇ, ਖਬਰ ਨਹੀਂ ਉਹ ਕਿੱਥੇ ਬੈਠਾ ਕੌਣ ਹੈ ਕਦੋਂ ਆਵੇਗਾ, ਇਹ ਤਾਂ ਜਾਣੇ ਕੁਦਰਤ। ਅਸੀਂ ਤਾਂ ਹਰ ਵੇਲੇ ਉਸਦੀ ਨਜ਼ਰ ਦੇ ਮੁਤਲਾਸ਼ੀ ਹਾਂ, ਉਸਦੀ ਰਹਿਮਤ ਦੇ ਭਿਖਾਰੀ ਹਾਂ। ਹਰ ਵੇਲੇ ਨਿਗਾਹ ਉੱਥੇ ਟਿਕਾਈ ਹੈ। ਜੇ ਚੋਲੀ ਅੱਜ ਕੇ ਬੈਠੇ ਹਾਂ, ਕੋਈ ਕਿਣਕਾ ਖਰਚਦਾ ਪਵੇਗਾ ਜ਼ਰੂਰ, ਅੱਜ ਨਹੀਂ ਤਾਂ ਕੱਲ, ਕੱਲ ਨਹੀਂ ਤਾਂ ਪਰਸੋਂ। ਇਹ ਸ਼ਾਇਦ ਮੰਗਣੀ ਨਹੀਂ ਕਿ ਸਾਡਾ ਮੰਦਰ ਬਣ ਜਾਏ, ਸਾਡੀ ਸੋਭਾ ਵੱਧ ਜਾਏ। ਇਹ ਚੀਜ਼ਾਂ ਮੇਰੇ ਨਾਲ ਨਹੀਂ ਜਾਣੀਆਂ, ਕਿਸੇ ਨਾਲ ਵੀ ਨਹੀਂ ਜਾਣੀਆਂ। ਸਾਸਤਰੀਤ ਬੋਲੋ ਸ੍ਰੀ ਨਾਲ ਜਾਏਗਾ ਤਾਂ ਇੱਕ ਪਦਾਰਥ ਕਿਹੜਾ, ਆ ਜਿਹੜਾ ਜਪ ਰਹੇ ਹੋ ਸ੍ਰੀ ਵਾਰ, ਇੱਕ ਅੱਖਾਂ ਦੀ ਕੁੱਲੀ ਵਿੱਚ ਵੀ ਜਪਿਆ ਜਾ ਸਕਦਾ, ਇਹ ਵੱਡੇ ਮਹਿਲ ਵਿੱਚ ਵੀ ਜਪਿਆ ਜਾ ਸਕਦਾ। ਜਪਣਾ ਇਹ ਮੁੱਖ ਹੈ, ਬਾਕੀ ਜਗ੍ਹਾ ਜੈਸੀ ਮਿਲ ਜਾਏ। ਕਦੀ MM ਰੋਡ ਤੇ ਉਹ ਲੁਕੜਾਂ ਦੇ ਥੱਲੇ ਬੈਠੇ ਸੀ, ਕਦੇ ਕੁਤਬ ਰੋਡ ਤੇ ਐਨੀ ਜਿੰਨੀ ਥਾਂ ਸੀ, ਤੇ ਹੁਣ ਸੋਹਣਾ ਮੰਦਰ ਹੈ ਤੇ ਇੱਥੇ ਹੀ ਬਸ ਨਹੀਂ, ਅਜੇ ਹੋਰ ਐਡਾ ਬਣ ਰਿਹਾ। ਸਾਸਤਰੀ ਬੋਲੋ ਸ੍ਰੀ, ਪਰ ਇਹ ਥਾਵਾਂ ਮੁੱਖ ਨਹੀਂ, ਮੁੱਖ ਉਹ ਸ਼ੈ ਹੈ ਜਿਹੜੀ ਇਹਨਾਂ ਥਾਵਾਂ ਵਿੱਚ ਬਹਿ ਕੇ ਅਸੀਂ ਪ੍ਰਾਪਤ ਕਰਨੀ ਹੈ। ਕੜਛੀ ਭਾਵੇਂ ਸੋਨੇ ਦੀ ਵਰਤਾਏ ਤੇ ਭਾਵੇਂ ਲੋਹੇ ਦੀ ਵਰਤਾਏ, ਛਕਣਾ ਤਾਂ ਪਦਾਰਥ ਹੈ, ਕੜਛੀ ਨੂੰ ਚੱਕ ਨਹੀਂ ਮਾਰਨੇ। ਕੜਛੀ ਨੇ ਰਜਾਣਾ ਨਹੀਂ, ਜੇ ਪਤੀਲੇ ਵਿੱਚ ਕੁਛ ਨਹੀਂ ਹੋਏਗਾ, ਕੜਛੀ ਭਾਵੇਂ ਸੋਨੇ ਦੀ ਹੋਵੇ ਕੀ ਕਰੇਗੀ, ਕੋਈ ਰੱਜ ਜਾਏਗਾ ਨਹੀਂ। ਰਜਣਾ ਤਾਂ ਪਦਾਰਥ ਨਾਲ ਹੈ ਤੇ ਪਦਾਰਥ ਹੈ ਕੀਰਤਨ, ਕੀਰਤਨ ਤੇ ਕੀਰਤਨ ਨੂੰ ਜਦ ਭਾਗ ਲੱਗੇ ਤਾਂ ਕੋਈ ਮਹਾਂਪੁਰਖ ਰੀਝ ਪਿਆ ਕੀਰਤਨ ਤੇ। ਅਜਿਵੇਂ ਬਾਬਾ ਜੀ ਕੀਰਤਨ ਤੇ ਰੀਝ ਪਏ, ਅਸੀਂ ਖੁਸ਼ੀ ਨਾਲ ਨਹੀਂ ਰਿਝਾਏ, ਇੱਛਾ ਨਾਲ ਨਹੀਂ ਰਿਝਾਏ, ਆਪ ਖੁਸ਼ੀ ਨਾਲ ਰਹਿ ਕੇ ਨਹੀਂ ਰਿਝਾਇਆ, ਉਹਨਾਂ ਨੇ ਬਾਂਹ ਫੜ ਫੜ ਕੇ ਰੱਖਿਆ। ਸਾਡਾ ਤੇ ਜਿੱਥੋਂ ਤੱਕ ਵਸ ਚੱਲਿਆ, ਅਸੀਂ ਤਾਂ ਭੱਜਣ ਦੀ ਕੀਤੀ, ਪਰ ਪਤਾ ਨਹੀਂ ਉਹ ਕਿਹੜਾ ਤਰਸ ਸੀ ਉਹਨਾਂ ਦੇ ਮਨ ਵਿੱਚ, ਕਿਹੜਾ ਰਹਿਮ ਸੀ ਜਿਹਨੂੰ ਉਹ ਪਾਲਦੇ ਰਹੇ ਮਰਦਾਨੇ ਦੀ ਤਰ੍ਹਾਂ। ਜਾਂ ਮਰਦਾਨਾ ਭੱਜਣ ਦੀ ਕਰੇ ਤਾਂ ਗੁਰੂ ਨਾਨਕ ਬਾਂਹ ਫੜ ਲੈਂਦਾ ਸੀ। ਉਹ ਮਰਦਾਨਿਆਂ ਤੇਰੇ ਤਾਂ ਸਾਡਾ ਇੱਕ ਕੰਮ ਹੈ, ਮੈਂ ਸਮਝਦਾ ਬਾਬਾ ਜੀ ਦਾ ਮੇਰੇ ਤਾਂ ਕੰਮ ਨਹੀਂ ਸੀ, ਮੇਰੇ ਤੇ ਕਰਜ਼ਾ ਸੀ।
ਕਿਉਂਕਿ ਮੇਰਾ ਲੂੰ ਲੂੰ ਉਹਨਾਂ ਦਾ ਕਰਜ਼ਾਈ ਹੈ, ਮੈਂ ਉਹਨਾਂ ਦਾ ਕਰਜ਼ਦਾਰ ਹਾਂ। ਕਰੋੜਾਂ ਜਨਮ ਪਾ ਕੇ ਵੀ ਮੈਂ ਇਹਦੇ ਮੰਦਰ ਬਣਾ ਦੇਵਾਂ ਉਹਨਾਂ ਦੇ, ਤਾਂ ਵੀ ਮੇਰਾ ਕਰਜ਼ਾ ਮੁੱਕ ਨਹੀਂ ਸਕਦਾ। ਇੱਕ ਮੇਰੇ ਸਿਰ ਤੇ ਇਹ ਕਰਜ਼ਾ ਹੈ ਕਿ ਮੈਂ ਸੁਬਹੋ ਸ਼ਾਮ ਜਿੱਥੋਂ ਤੱਕ ਮੇਰਾ ਵਕਤ ਚੱਲੇ ਮੈਂ ਇੱਕ ਸ਼ਬਦ ਅੱਧਾ ਸ਼ਬਦ ਭਾਵੇਂ ਇੱਕ ਤੋਕੀ ਪੜ੍ਹਾਂ, ਮੇਰਾ ਇਹ ਨਿਯਮ ਪੂਰਾ ਹੋਵੇ। ਸਤਿਗੁਰ ਬੋਲੋ ਸ੍ਰੀ। ਇਹ ਸਿਰਫ ਮੇਰੇ ਤੇ ਨਹੀਂ ਹੋਏ, ਤੁਹਾਡੇ ਸਾਰਿਆਂ ਦੇ ਉੱਤੇ। ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸੰਡ। ਸਿੱਖ ਨੇ ਗੁਰੂ ਦਾ ਕਰਜ਼ਾ ਦੇਣਾ, ਸਿੱਖ ਗੁਰੂ ਦਾ ਕਰਜ਼ਾਈ ਹੈ। ਜਿੰਨਾ ਚਿਰ ਨਿਤਨੇਮ ਨਹੀਂ ਕਰ ਲੈਂਦਾ ਉਸ ਦਿਨ ਦਾ ਕਰਜ਼ਾ ਇਹਦੇ ਸਿਰ ਤੇ ਰਹਿੰਦਾ, ਤੇ ਜਿਸ ਦਿਨ ਦਾ ਕਰਜ਼ਾ ਅਦਾ ਨਾ ਹੋਵੇ ਅਗਲੇ ਦਿਨ ਕਰਜ਼ਾ ਦੁੱਗਣਾ ਹੋ ਜਾਂਦਾ। ਸੁਣ ਪ੍ਰਤਾਪ ਕਬੀਰ ਦਾ, ਕਰਜ਼ਾ ਉਤਾਰਨ ਦੀ ਜੁਗਤ ਦੱਸੀ ਕਬੀਰ ਨੇ। ਸਹਿਣ ਨਾਈ ਜੇ ਸਿੱਖ ਬਣਿਆ ਤਾਂ ਹੁਣ ਕੰਮ ਕਰ ਕਿਹੜਾ, ਤੇ ਮੈਂ ਭਗਤੀ ਕਰ। ਜੇ ਮੈਂ ਨੌਕਰ ਹਾਂ ਮੇਰੀ ਨੌਕਰੀ ਹੈ, ਦਿਹਾੜੀ ਤਾਂ ਮੈਂ ਕਰ ਨਹੀਂ ਸਕਦਾ। ਉਹਨੇ ਆਖਿਆ ਰਾਤ ਤਾਂ ਆਪਣੀ ਹੈ ਰਾਤੀ ਕਰ ਲੈ। ਪ੍ਰੇਮ ਭਗਤ ਰਾਤੀ ਕਰੇ, ਬਲਕੇ ਰਾਜ ਦੁਆਰੇ ਜਾਈ ਕਿਵੇਂ ਪਤਾ ਲੱਗੇ ਕਿ ਜੋ ਕੁਝ ਮੈਂ ਕਰ ਰਿਹਾ ਇਹ ਸਫਲ ਹੈ। ਕਬੀਰ ਨੇ ਆਖਿਆ ਜਿੱਦਣ ਤੇਰੇ ਘਰ ਕੋਈ ਮਹਾਂਪੁਰਖ ਆ ਜਾਏਗਾ, ਤੇਰਾ ਬੂਆ ਖੜਕਾਏਗਾ, ਸਮਝ ਲਈ ਕਿ ਜੋ ਕੁਝ ਮੈਂ ਕਰ ਰਿਹਾ ਮੇਰਾ ਮਾਰਗ ਸਿੱਧਾ ਹੈ, ਮੇਰਾ ਨਿਸ਼ਾਨਾ ਸਹੀ ਹੈ, ਮੇਰੀ ਸਿਹਤ ਠੀਕ ਹੈ, ਜਿਸ ਰਸਤੇ ਮੈਂ ਜਾ ਰਿਹਾ ਇਹੀ ਰਸਤਾ ਬਾਦਸ਼ਾਹ ਦੇ ਮਹਿਲ ਤੱਕ ਪਹੁੰਚਦਾ ਹੈ। ਇੱਕ ਦਿਨ ਕੀ ਹੋਇਆ, ਆਏ ਸੰਤ ਪਰਾ ਸੋਹਣੇ, ਸੰਤ ਆ ਗਏ। ਉਹ ਸੰਤ ਜੋ ਸੰਸਾਰ ਵਿੱਚ ਆਪ ਨੂੰ ਪਰਾਉਣਾ ਸਮਝਦੇ ਹਨ, ਰਾਜੀ ਹੋਏ ਰਜਾਏ ਵਿੱਚ ਦੁਨੀਆਂ ਅੰਦਰ ਜਿਉਂ ਮਹਿਮਾਨ। ਮਹਿਮਾਨ ਸਮਝਿਆ ਆਪ ਨੂੰ ਦੁਨੀਆਂ ਅੰਦਰ, ਪਰਾਉਣਾ ਸਮਝਿਆ। ਆਏ ਸੰਤ ਪਰਾ ਹੋਣੇ, ਕੀ ਹੋਇਆ, ਕੋਈ ਬਜਾਜ ਮਿਲ ਜਾਏਗਾ ਤੇ ਗੱਲ ਕਿਹੜੀ ਕਰੇਗਾ ਬਜਾਜੀ ਦੀ। ਜਿਸ ਤਰ੍ਹਾਂ ਦਾ ਕੋਈ ਕੰਮ ਵਾਲਾ ਮਿਲੇਗਾ ਉਸੇ ਕੰਮ ਦੀਆਂ ਹੀ ਗੱਲਾਂ ਕਰੇਗਾ। ਤੋ ਮਹਾਂਪੁਰਖ ਜਦੋਂ ਮਿਲੇ ਕੀਰਤਨ ਦੇ ਭੰਡਾਰ ਵਾਲੇ, ਉਹਨਾਂ ਨੇ ਕੀ ਕੀਤਾ, ਸਾਰੀ ਰਾਤ ਕੀਰਤਨ ਕੀਤਾ। ਐਸੀ ਬਿਰਤੀ ਲੱਗੀ ਭੋਗ ਪਾਉਣ ਦਾ ਚੇਤਾ ਹੀ ਨਾ ਆਇਆ। ਸਤਿਗੁਰ ਬੋਲੋ ਸ੍ਰੀ। ਕਿਉਂਕਿ ਮਹਾਂਪੁਰਖ ਕੀਰਤਨ ਦੇ ਆਸ਼ਿਕ ਹੁੰਦੇ, ਜਿਵੇਂ ਉਸ ਰਾਤੀ 11 ਵੱਜ ਗਏ, ਪਿੱਛੋਂ ਕੀਰਤਨੀਏ ਨੇ ਆਖਿਆ ਬਈ ਭੋਗ ਪਾ ਮੁੜ ਸਵੇਰੇ ਵੀ ਕਰਨਾ ਹੈ, ਤੇ 11 ਵੱਜ ਕੇ 10 ਮਿੰਟ ਹੋ ਗਏ। ਤੇ ਫਿਰ ਕੀਰਤਨ ਸਵੇਰੇ ਦਾ ਪਾਠ ਹੋ ਕੇ ਸਮਾਪਤੀ ਹੁੰਦੀ ਸੀ। ਬਾਬਾ ਜੀ ਕਹਿਣ ਲੱਗੇ ਭੋਗ ਨੀ ਪਾਇਆ। ਮੈਂ ਚੁੱਪ ਕਰ ਰਿਹਾ, ਕੀ ਜਵਾਬ ਦਿੰਦਾ। ਕਹਿੰਦੇ ਅੱਛਾ, ਜਿਸ ਕਰਦਾ ਕੀਰਤਨ ਨੂੰ ਚੱਲ ਫਿਰ। ਉਹਨਾਂ ਫਿਰ ਵੈਰਾਗ ਨੇ ਚੁੱਕ ਲਈ, ਮੈਂ ਫਿਰ ਕੀਰਤਨ ਆਰੰਭ ਕੀਤਾ। 12 ਵੱਜ ਗਏ, 12 ਵੱਜ ਗਏ, ਬਾਬਾ ਜੀ ਨੇ ਬੈਰਾਗਨ ਰੱਖੀ ਤੇ ਕਹਿਣ ਲੱਗੇ ਰਾਗਾ ਸਿਆ, ਇੱਕ ਤਾਂ ਬਈ ਇਸ਼ਨਾਨ ਦਾ ਨੇਮ ਦਾ ਵੇਲਾ ਹੋ ਗਿਆ, ਇਹ ਵੀ ਨਹੀਂ ਖਜਾਣਾ। 12:15 ਵਜੇ ਇਸ਼ਨਾਨ ਕਰਦੇ, ਇਸ਼ਨਾਨ ਦਾ ਵੇਲਾ ਹੋ ਗਿਆ, ਤੇ ਦੂਜਾ ਕੱਲ ਤੂੰ ਆਖੇਗਾ ਹੁਣ ਮੇਰਾ ਗਲਾ ਪੀੜਾ, ਮੈਥੋਂ ਕੀਰਤਨ ਨਹੀਂ ਹੁੰਦਾ। ਉਹ ਜਾਣੇ ਬਈ ਕੁਛ ਕੱਲ ਜੋਗਾ ਰੱਖ ਲੈ, ਸਾਨੂੰ ਤਾਂ ਕੋਈ ਨੀ, ਜੇ ਕੀਰਤਨ ਮਿਲ ਜਾਏ ਤਾਂ ਹੋਰ ਕੀ ਚਾਹੀਦਾ। ਗੁਰਸਿੱਖ ਆਸ਼ਿਕ ਅਬਦ, ਕੀਰਤਨ ਦੇ ਆਸ਼ਿਕ, ਕੀਰਤਨ ਦੇ ਪਿਆਰੇ, ਆਏ ਸੰਤ ਪਰਾਹੁਣੇ ਸਹਿਣ ਨਾਈ ਦੇ ਘਰ, ਤੇ ਕੀ ਹੋਇਆ, ਹੋਇਆ ਕੀਰਤਨ
ਸਾਰੀ ਰਾਤ ਕਰਦੇ ਰਹਿਣ। ਇੱਕ ਸਾਧ ਕਿਤੇ ਆਇਆ, ਪਿੰਡ ਦੇ ਬੰਦੇ ਇਕੱਠੇ ਕੀਤੇ ਵੀ ਆਓ ਅੱਜ ਕੀਰਤਨ ਕਰੀ। ਬਹੁਤ ਸਾਰੇ ਇਕੱਠੇ ਹੋਏ, ਇੱਕ ਨੇ ਖੇਸ ਵਿਛਾ ਦਿੱਤਾ, ਮਹਾਤਮਾ ਉੱਤੇ ਬਹਿ ਗਏ ਤੇ ਲੱਗ ਪਏ ਕੀਰਤਨ ਕਰਨ। ਆਪਣੀ ਮੌਜ ਵਿੱਚ ਆ ਗਏ, ਬੀਠਲ 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 ਕਹੀ ਗਏ। ਹੌਲੀ ਹੌਲੀ ਸੰਗਤ ਉੱਠਣ ਲੱਗ ਪਈ, ਸਾਰੇ ਉੱਠ ਗਏ, ਇੱਕੋ ਹੀ ਬੈਠਾ ਰਿਹਾ। ਜਿਸ ਵੇਲੇ ਉਹਨਾਂ ਨੇ ਭੋਗ ਪਾਇਆ ਤੇ ਦੇਖਿਆ ਵੀ ਇੱਕੋ ਬੈਠਾ, ਕਹਿਣ ਲੱਗੇ ਚਲੋ ਸ਼ੁਕਰ ਹੈ, ਸਰੋਤਾ ਭਾਵੇਂ ਇੱਕ ਵੀ ਹੋਵੇ ਤਾਂ ਵੀ ਬੜਾ ਹੁੰਦਾ। ਚਲੋ ਸਾਰੇ ਪਿੰਡ ਵਿੱਚੋਂ ਇੱਕ ਤਾਂ ਨਿਤਰਿਆ। ਜਿਸ ਵੇਲੇ ਉਹਨੇ ਵੇਖਿਆ ਵੀ ਸਾਧ ਨੇ ਉਸ ਬਸ ਕੀਤੀ, ਅੱਖਾਂ ਖੋਲੀਆਂ ਨੇ, ਕਹਿੰਦੇ ਸਾਧਾ ਮੇਰਾ ਖੇਤ ਛੱਡ, ਮੈਂ ਵੀ ਜਾਣਾ। ਅਖੇ ਉਹ ਤੂੰ ਖੇਤ ਵਾਸਤੇ ਬੈਠਾ ਹੋਇਆ ਸੀ, ਮੈਂ ਸਮਝਿਆ ਕੀਰਤਨ ਵਾਸਤੇ ਬੈਠਾ ਹੋਇਆ। ਤੋ ਸਹਿਬ ਆਸਨ ਹੈਨ ਵਿਰਲੇ, ਇਹੋ ਜਿਹਾ ਬੰਦੇ ਵਿਰਲੇ। ਉਹ ਸਹਿਣ ਨਾਈ ਇਕੱਲਾ, ਬਹੁਤੀ ਸੰਗਤ ਤਾਂ ਸੀ ਨਹੀਂ ਜੋ ਡਰ ਸੀ ਵੀ ਉੱਠ ਜਾਏਗੀ। ਮਹਾਤਮਾ ਕਰੀ ਗਏ ਤੇ ਸਹਿਣ ਸੁਣੀ ਜੇ, ਆਓ ਜੀ ਤੂੰ ਆਓ ਹਮਾਰੇ, ਹਰ ਜਸ ਸਰਵਨ ਸੁਨਾ ਮੋਣਾ, ਤੁਦ ਆਵਤ ਮੇਰਾ ਮਨ ਤਨ ਹਰਿਆ। ਇਹ ਉਸੇ ਨੂੰ ਪਤਾ ਹੈ ਜਿਹਦਾ ਖੇਤ ਸੁੱਕਦਾ ਹੋਵੇ ਤੇ ਫਿਰ ਪਾਣੀ ਦੀ ਆ ਜਾਵੇ ਵਾਰੀ ਤੇ ਸਾਰੀ ਰਾਤ ਉਸ ਖੇਤ ਦੇ ਦੁਆਲੇ ਹੀ ਫਿਰਦਾ। ਨੀਂਦ ਨਹੀਂ ਆਉਂਦੀ, ਆਉਂਦੀ ਪਰ ਸੋਚਦਾ ਦੂਜੀ ਵਾਰੀ ਪਤਾ ਨੀ ਕਦੋਂ ਆਵੇ। ਖੇਤ ਪਿਆ ਸੁੱਕਦਾ, ਪਾਣੀ ਮਿਲ ਗਿਆ ਰਾਤ, ਚਲੋ ਰਾਤ ਦਾ ਜਗਰਾਤਾ ਹੀ ਹੈ, ਕੱਲ ਆਰਾਮ ਕਰ ਲਵਾਂਗੇ, ਕਿਤੇ ਵਾਰੀ ਨਾ ਖੁੱਲ ਜਾਏ। ਤੋ ਜਿਹਨੂੰ ਇਹ ਪਤਾ ਮਨੁੱਖ ਜਨਮ ਇਹ ਜੁਗਾਂ ਜੁਗੰਤਰ ਆਵੇ ਵਾਰੀ, ਇਹ ਤਾਂ ਜੁਗਾਂ ਜੁਗੰਤਰਾਂ ਬਾਅਦ ਵਾਰੀ ਆਉਂਦੀ ਹੈ, ਮਨੁੱਖਾ ਜਨਮ ਦੀ ਕਿਤੇ ਐਵੇਂ ਨਾ ਚਲੀ ਜਾਏ। ਉਹ ਨਹੀਂ ਇਹੋ ਜਿਹੀਆਂ ਗੱਲਾਂ ਸੋਚਦੇ ਉਹ ਫਿਰ ਲੱਗ ਜਾਂਦੇ। ਸਹਿਣ ਨਾਈ ਸੁਣਦਾ ਰਿਹਾ, ਮਹਾਤਮਾ ਕੀਰਤਨ ਕਰੀ ਗਏ, ਸਾਰੀ ਰਾਤ ਬੀਤ ਗਈ। ਦਿਨ ਚੜਿਆ, ਮਹਾਤਮਾ ਨੇ ਭੋਗ ਪਾਇਆ, ਉਧਰ ਰਾਜੇ ਦੀ ਡਿਊਟੀ ਦੇਣੀ ਹੈ, ਇਧਰ ਮਹਾਤਮਾ ਘਰ ਬੈਠੇ ਹਨ। ਸੋਚਿਆ ਜਿਨ੍ਹਾਂ ਨੇ ਸਾਰੀ ਰਾਤ ਅੰਮ੍ਰਿਤ ਪਿਲਾਇਆ, ਹੁਣ ਉਹਨਾਂ ਨੂੰ ਜਲ ਪਾਣੀ ਪੁੱਛਣ, ਉਹਨਾਂ ਦੀ ਸੇਵਾ ਕਰਨੀ ਹੈ। ਚਲੋ ਰਾਜ ਦੁਆਰ ਅੱਜ ਨਹੀਂ ਜਾਂਦੇ, ਛੱਡ ਨਾ ਸਕੇ ਸੰਤ ਜਨ। ਇੱਕ ਪਾਸੇ ਸੰਤ ਜਨ ਹਨ, ਇੱਕ ਪਾਸੇ ਰਾਜਾ ਹੈ। ਹੁਣ ਸਹਿਣ ਨਾਈ ਤਕੜੀ ਤੇ ਤੋਲ ਰਿਹਾ ਵੀ ਕਿਹੜਾ ਪਾਸਾ ਪਾਰ ਹੈ, ਕਿਹੜਾ ਛੱਡਾਂ ਤੇ ਕਿਹੜਾ ਨਾ ਛੱਡਾਂ। ਅਖੀਰ ਛੱਡ ਨਾ ਸਕੇ ਸੰਤ ਜਨ, ਇਹ ਪਾਸਾ ਪਾਰਾ ਹੈ। ਰਾਜ ਦੁਆਰ ਨਾ ਸੇਵ ਕਮਾਈ, ਰਾਜੇ ਦੇ ਦੁਆਰੇ ਨਹੀਂ ਗਿਆ, ਜਾ ਕੇ ਸੇਵਾ ਨਹੀਂ ਕੀਤੀ, ਗੈਰ ਹਾਜ਼ਰ ਉਧਰੋਂ ਹੋ ਗਿਆ, ਇਧਰੋਂ ਨਹੀਂ ਹੋਇਆ। ਆ ਨਹੀਂ ਹੋਇਆ ਤਾਂ ਅੱਜ ਨਾਮ ਉਸਦਾ ਲੈ ਰਹੇ ਹਾਂ। ਜੇ ਗੈਰ ਹਾਜ਼ਰ ਹੋ ਜਾਂਦਾ, ਰਾਜੇ ਵੱਲ ਜਾਂਦਾ, ਅੱਜ ਨਾਮ ਕੌਣ ਲੈਂਦਾ ਸਹਿਣ ਨਾਈ ਦਾ। ਪਰ ਸਹਿਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਭਗਤਾਂ ਵਿੱਚ ਗਿਣਿਆ ਗਿਆ। ਛੱਡ ਨਾ ਸਕੇ ਸੰਤ ਜਨ, ਰਾਜ ਦੁਆਰ ਨਾ ਸੇਵ ਕਮਾਈ। ਇਸ ਵੇਲੇ ਸੰਤਾਂ ਨੂੰ ਵਿਦਾ ਕੀਤਾ। ਅਗਲਾ ਦਿਨ ਹੋ ਗਿਆ, ਇੱਕ ਦਿਨ ਤਾਂ ਗੁਜ਼ਰ ਗਿਆ। ਸੰਤ ਜਿਸ ਵੇਲੇ ਵਿਦਾ ਹੋਏ ਤੇ ਆਖਿਆ ਅੱਜ ਜਾਂਦਾ ਹਾਂ ਰਾਜੇ ਵੱਲ। ਰਾਜਾ ਬੜਾ ਕਠੋਰ ਹੈ, ਪਤਾ ਨੀ ਕਿਹੜੀ ਸਜ਼ਾ ਦੇਵੇ, ਪਰ ਬਈ ਜਿਹੜੀ ਸਜ਼ਾ ਦੇਵੇਗਾ ਮਨਜ਼ੂਰ ਹੈ। ਬੜੀ ਸਜ਼ਾ ਦੇਵੇਗਾ ਤਾਂ ਪ੍ਰਾਣ ਲੈ ਲਏਗਾ, ਪ੍ਰਾਣਾ ਦਾ ਅੰਤ ਤਾਂ ਇੱਕ ਦਿਨ ਹੋਣਾ ਹੀ ਹੋਣਾ। ਮੈਂ ਮਹਾਂਪੁਰਖਾਂ ਤੋਂ ਬੇਮੁਖ ਤਾਂ ਨਹੀਂ ਹੋਇਆ, ਇਹੀ ਇੱਕ ਬੜਾ ਧੀਰਜ ਹੈ।
ਇਧਰ ਭਗਵਾਨ ਆਏ ਸਹਿਣ ਨਾਈ ਦਾ ਰੂਪ ਧਾਰ ਕੇ, ਸਹਿਣ ਰੂਪ ਹਰ ਹੋਏ ਕੇ ਆਇਆ ਰਾਣੇ ਨੂੰ ਰਿਝਾਈ। ਉਹ ਸੰਤਾਂ ਦੀ ਸੇਵਾ ਕਰ ਰਿਹਾ ਹੈ, ਭਗਵਾਨ ਰਾਜੇ ਦੀ ਸੇਵਾ ਕਰ ਰਹੇ ਹਨ, ਮਾਲਿਸ਼ ਕਰ ਰਹੇ ਹਨ, ਆ ਚਰਨਾਂ ਨੂੰ ਤੇਲ ਲਗਾ ਰਹੇ ਹਨ, ਰਾਜੇ ਦੇ ਪੈਰਾਂ ਨੂੰ ਮਲ ਮਲ ਕੇ ਪਲੋਸ ਰਹੇ ਹਨ, ਉਂਗਲੀਆਂ ਖਿੱਚ ਖਿੱਚ ਕੇ ਗਿਟਾਰੇ ਪੈ ਕੱਢਦੇ ਹਨ। ਸਹਿਣ ਨਾਈ ਦਾ ਰੂਪ ਧਾਰਿਆ ਹੋਇਆ ਹੈ, ਆਪ ਭਗਵਾਨ ਹਨ। ਜਿਵੇਂ ਜਿਵੇਂ ਰਾਜੇ ਨੂੰ ਹੱਥ ਲਾਉਂਦੇ ਹਨ, ਸਪਰਸ਼ ਹੁੰਦਾ ਹੈ, ਰਾਜੇ ਨੂੰ ਸੁੱਖ ਆਉਂਦਾ, ਆਉਂਦਾ ਓ ਸਹਿਣ ਅੱਜ ਤੇਰੇ ਹੱਥਾਂ ਵਿੱਚ ਕੈਸਾ ਜਾਦੂ ਹੈ। ਉਹ ਯਾਰ ਜਿੱਥੇ ਹੱਥ ਲਗਾਉਣਾ ਇਹ ਨੀ ਜਾਪਦਾ, ਜਿਵੇਂ ਬੜਾ ਸੁੱਖ ਹੈ, ਬੜਾ ਸਵਾਦ ਹੈ। ਮਨ ਵਿੱਚ ਰਾਜੇ ਨੇ ਤਾਰਿਆ, ਅੱਛਾ ਕੱਲ ਇਸਨੂੰ ਇਨਾਮ ਦਿਆਂਗਾ, ਕੱਲ ਇਸਨੂੰ ਇਨਾਮ ਦਿਆਂਗਾ, ਅੱਜ ਦੀ ਸੇਵਾ ਦਾ ਇਸਨੂੰ ਕੱਲ ਫਲ ਜ਼ਰੂਰ ਦਿਆਂਗਾ। ਅਗਲਾ ਦਿਨ ਜਿਸ ਵੇਲੇ ਹੋਇਆ, ਸਹਿਣ ਨਾਈ ਆਇਆ, ਸੰਤ ਜਨਾਂ ਨੂੰ ਵਿਦਾ ਕਰ, ਰਾਜ ਦੁਆਰ ਗਿਆ ਸ਼ਰਮਾਈ, ਨੇਤਰ ਨੀਵੇਂ, ਸ਼ਰਮ ਆ ਰਹੀ ਹੈ, ਮੈਂ ਕੱਲ ਆਇਆ ਨਹੀਂ, ਰਾਜਾ ਪੁੱਛੇਗਾ ਕੀ ਦੱਸਾਂਗਾ, ਸੱਚ ਦੱਸਿਆ ਵੀ ਛੁਟਕਾਰਾ ਨਹੀਂ ਹੋਣਾ, ਕਿਉਂਕਿ ਰਾਜਾ ਇਹਨਾਂ ਗੱਲਾਂ ਨੂੰ ਮੰਨਦਾ ਹੀ ਨਹੀਂ, ਕਰੀਬਨ ਨਾਸਤਕ ਹੈ। ਮੈਂ ਆਖਾਂ ਮੈਂ ਸੰਤਾਂ ਦੀ ਸੇਵਾ ਕੀਤੀ ਹੈ, ਹੋਰ ਗੁੱਸਾ ਚੜੇਗਾ, ਮੇਰੇ ਨਾਲੋਂ ਸੰਤ ਵੱਡੇ, ਮੇਰੇ ਕੋਲ ਨਹੀਂ ਆਇਆ ਤੇ ਸੰਤਾਂ ਦੀ ਸੇਵਾ ਕਰਦਾ ਰਿਹਾ, ਜ਼ਰੂਰ ਵੱਡੀ ਸਜ਼ਾ ਦੇਵੇਗਾ ਅੱਜ, ਤੇ ਝੂਠ ਵੀ ਨਹੀਂ ਬੋਲਣਾ, ਚਲੋ ਚੁੱਪ ਰਹਾਂਗੇ, ਉਹ ਜਾਣੇ ਜਿਹੜੀ ਸਜ਼ਾ ਦੇਵੇਗਾ ਸਿਰ ਮੱਥੇ। ਜਿਸ ਵੇਲੇ ਰਾਜ ਦੁਆਰ ਗਿਆ ਸ਼ਰਮਾਈ, ਤੇ ਰਾਣੇ ਦੂਰੋਂ ਸੱਦਿਆ, ਸਹਿਣ ਛੇਤੀ ਆ, ਮੈਂ ਤੈਨੂੰ ਪਿਆ ਉਡੀਕਦਾ। ਸੋਚਿਆ ਗੱਲ ਠੀਕ ਹੈ, ਸਜ਼ਾ ਕੋਈ ਲਿਖੀ ਬੈਠਾ, ਬਸ ਮੈਨੂੰ ਵੀ ਪਿਆ ਉਡੀਕਦਾ, ਚਲੋ ਜਿਹੜੀ ਸਜ਼ਾ ਦੇਵੇ ਸਿਰ ਮੱਥੇ, ਉਹ ਤੁਹਾਨੂੰ ਮੰਨਣੀ ਹੈ, ਖੁਸ਼ੀ ਨਾਲ ਨਾ ਮੰਨਾਂਗਾ ਤਾਂ ਜਲਾਦ ਫੜ ਲੈਣਗੇ ਡਾਢੇ ਦਾ, ਜਿਵੇਂ ਚਾਹੇ ਸੌ ਕਰ ਲਵੇ। ਰਾਣੇ ਦੂਰੋਂ ਸੱਦਿਆ, ਕੋਲ ਜਿਸ ਵੇਲੇ ਸੱਦਿਆ, ਤੇ ਗਲੋਂ ਲਾ ਕੇ ਹਾਰ ਸਹਿਣ ਨਾਈ ਦੇ ਗਲ ਪਾ ਦਿੱਤਾ, ਸਹਿਣ ਨਾਈ ਇਹ ਤੇਰੀ ਕੱਲ ਦੀ ਸੇਵਾ ਦਾ ਇਨਾਮ ਹੈ। ਸਹਿਣ ਨੇ ਆਖਿਆ ਬਸ ਗੱਲ ਉਹੀ ਹੋ ਗਈ, ਕੱਲ ਮੈਂ ਆਇਆ ਨਹੀਂ ਨਾ, ਤੇ ਰਾਜਾ ਪਿਆਖਦਾ ਤੇਰੀ ਕੱਲ ਦੀ ਸੇਵਾ ਦਾ ਇਨਾਮ ਹੈ ਜਿਹੜੀ ਮੈਂ ਕੀਤੀ ਕੋਈ। ਇਹ ਤਾਂ ਇਹ ਜਾਪਦਾ ਜਿਵੇਂ ਬਿੱਲੀ ਚੂਹੇ ਨੂੰ ਫੜ ਲੈਂਦੀ ਹੈ ਤੇ ਫੜ ਕੇ ਫਿਰ ਛੱਡ ਦਿੰਦੀ ਹੈ, ਚੂਹਾ ਸਮਝਦਾ ਬਸ ਹੁਣ ਮੈਂ ਚਲਾ ਗਿਆ, ਹੁਣ ਮੈਂ ਛੁੱਟ ਗਿਆ, ਹੁਣ ਮੈਨੂੰ ਨਹੀਂ ਫੜਦੀ, ਮੈਨੂੰ ਇਹਨੇ ਫੜ ਕੇ ਛੱਡ ਦਿੱਤਾ, ਦੋ ਕਦਮ ਤੁਰਦਾ ਫਿਰ ਦਬੋਚ ਲੈਂਦੀ ਹੈ। ਇਸ ਤਰ੍ਹਾਂ ਖੇਡ ਖੇਡ ਕੇ ਚੂਹੇ ਦੇ ਨਾਲ ਅਖੀਰ ਚੂਹੇ ਦੇ ਪ੍ਰਾਣ ਕੱਢ ਲੈਂਦੀ ਹੈ। ਰਾਜਾ ਵੀ ਮੇਰੇ ਨਾਲ ਉਹੋ ਜਿਹੀਆਂ ਖਿਲਵਾੜੀਆਂ ਕਰ ਰਿਹਾ ਕਿ ਤੇਰੀ ਕੱਲ ਦੀ ਸੇਵਾ ਦਾ ਇਨਾਮ ਹੈ। ਨਾਈ ਤੂੰ ਬੋਲਦਾ ਨਹੀਂ, ਤੂੰ ਨੀਵੀਂ ਕਿਉਂ ਪਾ ਕੇ ਖੜੋਤਾ ਹੈ, ਬਈ ਜਿਹੜੀ ਤੂੰ ਸੇਵਾ ਕੱਲ ਕੀਤੀ ਹੈ ਹੁਣ ਤਾਂ ਹੀ ਉਸ ਸੇਵਾ ਦਾ ਸਵਾਦ ਆ ਰਿਹਾ। ਆਖੀਰ ਸਹਿਣ ਨੂੰ ਕਹਿਣਾ ਪਿਆ, ਰਾਜਨ ਮੈਂ ਕੱਲ ਆਇਆ ਹੀ ਕੋਈ, ਤੂੰ ਆਇਆ ਹੀ ਨਹੀਂ। ਸਹਿਣ ਨਾਈ ਹੋਸ਼ ਵਿੱਚ ਹੈ, ਤੂੰ ਕੱਲ ਨਹੀਂ ਆਇਆ ਤੇ ਫਿਰ ਮੈਂ ਝੂਠ ਬੋਲ ਰਿਹਾ, ਤੂੰ ਕੱਲ ਆਇਆ, ਤੂੰ ਬੜੀ ਸੇਵਾ ਕੀਤੀ, ਤੇਰੀ ਕੱਲ ਦੀ ਸੇਵਾ ਨੇ ਤਾਂ ਮੇਰਾ ਮਨ ਮੋਹ ਲਿਆ। ਸੱਚ ਰਾਜਨ ਮੈਂ ਨਹੀਂ ਆਇਆ, ਸੱਚ ਪਿਆ ਕਹਿੰਦਾ ਆਖੇ ਹਾਂ। ਰਾਜੇ ਨੇ ਆਖਿਆ ਮੈਂ ਵੀ ਸੱਚ ਪਿਆ ਕਹਿੰਦਾ, ਤੂੰ ਕੱਲ ਆਇਆ ਸੀ, ਕੌਣ ਹੋਵੇ। ਰਾਜਾ ਕਹਿੰਦਾ ਤੂੰ ਕੱਲ ਆਇਆ ਸੀ,
ਮੈਂ ਕੱਲ ਆਇਆ ਕੋਈ ਨੀ, ਕੌਣ ਆਇਆ ਹੋਵੇ ਮੇਰੀ ਥਾਂ ਤੇ, ਤਾਂ ਜੱਟ ਭਗਵਾਨ ਸਾਹਮਣੇ ਆਏ, ਸਹਿਨ ਨਾ ਆਈ, ਮੈਂ ਆਇਆ ਸਾਂ। ਪ੍ਰਭੂ ਤੁਸੀਂ ਮੇਰੀ ਥਾਂ ਤੇ ਆਏ ਰਾਜੇ ਦੀ ਸੇਵਾ ਕਰਨ ਵਾਸਤੇ। ਆਖਿਆ ਹਾਂ, ਤੂੰ ਮੇਰੇ ਸੰਤਾਂ ਦੀ ਸੇਵਾ ਜੋ ਕਰ ਰਿਹਾ ਸੀ, ਮੈਂ ਸੇਵਾ ਬਦਲਾ ਲਈ, ਤੂੰ ਮੇਰੇ ਪਿਆਰਿਆਂ ਦੀ ਸੇਵਾ ਕਰ, ਮੈਂ ਤੇਰੇ ਰਾਜੇ ਦੀ ਸੇਵਾ ਕਰਦਾ। ਰਾਜੇ ਨੇ ਆਖਿਆ, ਸਹਿਣ ਨਾਈ ਕਿੱਧਰ ਪਿਆ ਤੱਕਣਾ ਹੈ ਤੇ ਕਿਸ ਨਾਲ ਪਿਆ ਮੁਹਾਰੀਆਂ ਗੱਲਾਂ ਕਰਨਾ ਹੈ। ਆਖਣ ਲੱਗਾ, ਬਸ ਰਾਜਾ, ਅੱਜ ਤੋਂ ਨੌਕਰੀ ਬਸ। ਤੂੰ ਠੀਕ ਕਹਿ ਰਹੀ ਹੈ, ਕੱਲ ਮੈਂ ਆਇਆ ਸਾਂ, ਪਰ ਮੈਂ ਵੀ ਠੀਕ ਕਹਿ ਰਿਹਾ, ਮੈਂ ਕੱਲ ਨਹੀਂ ਆਇਆ ਸਾਂ। ਦੋ ਗੱਲਾਂ ਕਿਵੇਂ ਹੋ ਸਕਦੀਆਂ ਸੀ? ਦੋਵਾਂ ਵਿੱਚੋਂ ਇੱਕ ਹੋਵੇ, ਜਾਂ ਤੂੰ ਕਹੋ ਮੈਂ ਆਇਆ ਹਾਂ ਜਾਂ ਨਹੀਂ ਆਇਆ। ਰਾਜਨ, ਮੈਂ ਤਾਂ ਨਹੀਂ ਆਇਆ, ਪਰ ਮੇਰੀ ਥਾਂ ਤੇ ਭਗਵਾਨ ਜੋ ਆਏ ਸਨ, ਤੇ ਹੁਣ ਅੱਜ ਤੋਂ ਤੇਰੀ ਨੌਕਰੀ ਬਸ, ਮੈਂ ਭਗਵਾਨ ਦੀ ਨੌਕਰੀ ਕਰਾਂਗਾ। ਅੱਗੇ ਤਾਂ ਮੈਂ ਸਿਰਫ ਰਾਤੀ ਭਗਤੀ ਕਰਦਾ ਸਾਂ, ਰਾਤੀ ਕੀਰਤਨ ਕਰਦਾ ਸਾਂ, ਹੁਣ ਮੈਂ ਅੱਠ ਪਹਿਰ ਕਰਾਂਗਾ, ਦਿਨ ਰਾਤ ਕਰਾਂਗਾ, ਕਿਉਂਕਿ ਇਸ ਗੱਲ ਤੇ ਭਗਵਾਨ ਪ੍ਰਸੰਨ ਹੁੰਦੇ ਹਨ। ਰਾਜੇ ਨੇ ਆਖਿਆ, ਅੱਛਾ, ਭਗਵਾਨ ਆਏ ਸਨ ਤੇਰੀ ਥਾਂ ਤੇ, ਉਹ ਸਹਿਣ ਨਾਈ ਏਡੀ ਉੱਚੀ ਪਦਵੀ ਤੇ ਪਹੁੰਚ ਗਿਆ, ਤਾਂ ਜਰਾ ਕੁ ਠਹਿਰ। ਰਾਜਾ ਸਿੰਘਾਸਨ ਤੋਂ ਉੱਠਿਆ, ਸਿਰ ਤੋਂ ਤਾਜ ਲਾ ਕੇ ਸਹਿਣ ਨਾਈ ਦੇ ਸਿਰ ਤੇ ਰੱਖਿਆ ਤੇ ਆਖਿਆ, ਬਹੁ ਸਿੰਘਾਸਨ ਤੇ, ਹੁਣ ਤੇਰਾ ਹੱਕ ਹੈ, ਮੇਰਾ ਹੱਕ ਨਹੀਂ। ਜੇ ਤਖਤੇ ਰਾਜਾ ਸੋ ਬਹੇ, ਜੇ ਤਖਤੇ ਲਾਇਕ ਹੋਏ, ਸਹਿਣ ਨਾਈ ਤੂੰ ਲਾਇਕ ਹੈ ਜਿਹਦੀ ਥਾਂ ਤੇ ਭਗਵਾਨ ਸੇਵਾ ਕਰਦੇ ਸਨ। ਮੈਂ ਤਾਂ ਨਿਮਕ ਹਰਾਮ ਹਾਂ, ਅੱਜ ਤਾਈਂ ਸੁੱਖ ਭੋਗਦਾ ਰਿਹਾ ਹਾਂ, ਭਗਵਾਨ ਨੂੰ ਇੱਕ ਵਾਰੀ ਵੀ ਯਾਦ ਨਹੀਂ ਕੀਤਾ, ਪਰ ਫਿਰ ਵੀ ਸ਼ੁਕਰ ਹੈ, ਯਾਦ ਕਰਨ ਵਾਲਿਆਂ ਨਾਲ ਮੇਰੀ ਸਾਂਝ ਤਾਂ ਹੈ, ਤੇਰੇ ਨਾਲ ਮੇਰੀ ਸਾਂਝ ਤਾਂ ਹੈ। ਕਦੇ ਤੂੰ ਮੇਰਾ ਨੌਕਰ ਸਦਾਉਂਦਾ ਸੀ, ਤੈਨੂੰ ਕਦੇ ਇਹ ਤਾਂ ਲਾਜ ਹੋਵੇਗੀ, ਬਸ ਤੇਰੀ ਇਸ ਲਾਜ ਨਾਲ ਹੀ ਮੈਂ ਤਰ ਗਿਆ। ਭਾਈ ਸਾਹਿਬ ਜ਼ਿਕਰ ਕਰਦੇ ਹਨ, ਗਲੋਂ ਕਵਾਏ ਖੋਲ ਪੈ ਨਾਈ, ਵਸ ਕੀਤਾ ਹੋ ਤੁਧ ਅੱਜ, ਬੋਲੇ ਰਾਜਾ ਸੁਣੇ ਲੁਕਾਈ, ਪ੍ਰਗਟ ਕਰੇ ਭਗਤ ਵਡਿਆਈ। ਭਗਵਾਨ ਆਪਣੇ ਭਗਤ ਦੀ ਵਡਿਆਈ ਨੂੰ ਪ੍ਰਗਟ ਕਰ ਰਹੇ ਹਨ ਕਿ ਮੇਰੇ ਭਗਤ ਕਿਤਨੇ ਵੱਡੇ ਹਨ, ਜਿਸ ਨੂੰ ਬਖਸੇ ਸਿਫਤ ਸਲਾਹ, ਨਾਨਕ ਪਾਤਸ਼ਾਹ ਤੋ ਸਿਫਤ ਸਲਾਹ ਵਾਲਾ ਸੀ ਉਹ ਪ੍ਰਹਿਲਾਦ, ਜਿਸਨੇ ਏਡੀ ਦ੍ਰਿੜਤਾ ਨਾਲ ਆਖਿਆ, ਮੋਕੋ ਕਹਾਂ ਸਤਾਵੋ ਬਾਰ ਬਾਰ, ਮੋਕੋ ਕਹਾਂ ਸਤਾਵੋ ਬਾਰ ਬਾਰ, ਪ੍ਰਭੂ ਜਲ ਥਲ ਗਿਰਤੀਏ ਪਹਾੜੂ। ਤੇ ਉਹਨੇ ਆਖਿਆ, ਮੈਂ ਰੱਬ ਹਾਂ, ਤੂੰ ਰਾਮ ਰਾਮ ਕਿਉਂ ਜਪਣਾ? ਉਹਨੇ ਆਖਿਆ, ਮੈਂ ਤਾਂ ਉਸ ਨੂੰ ਜਪਣਾ ਜਿਸਨੇ ਜਲ ਥਲ ਗਿਰ ਕੀਏ ਪਹਾੜ। ਤੂੰ ਪਹਾੜ ਬਣਾ ਸਕਣਾ? ਉਹ ਗੁਰੂ ਨਾਨਕ ਬਣ ਕੇ ਬੈਠਣ ਵਾਲਿਓ, ਜਰਾ ਕੁ ਪੱਥਰ ਦੇ ਉੱਤੇ ਉਂਗਲੀ ਦਾ ਨਿਸ਼ਾਨ ਤਾਂ ਪਾ ਦਿਓ। ਗੁਰੂ ਨਾਨਕ ਨੇ ਤਾਂ ਪੰਜਾ ਲਾਇਆ, ਰੀਠਾ ਮਿੱਠਾ ਕੀਤਾ, ਸ਼ਰਮ ਨਹੀਂ ਆਉਂਦੀ, ਬਰਾਬਰੀਆਂ ਕਰਦੇ ਹਾਂ। ਤੇ ਜੇ ਏਡੀ ਸਮਰੱਥਾ ਹੈ ਤੁਹਾਡੇ ਵਿੱਚ, ਤਾਂ ਫਿਰ ਕੁਝ ਕਰਕੇ ਦੱਸੋ। ਸਿਰਫ ਗੱਡੀਆਂ ਲਾ ਕੇ ਬਹਿਣ ਨਾਲ ਤੇ ਸਿਰ ਤੇ ਕਲਗੀਆਂ ਸਜਾਣ ਨਾਲ ਤਾਂ ਕਲਗੀਆਂ ਵਾਲਾ ਨਹੀਂ ਬਣ ਜਾਂਦਾ, ਕਲਗੀਆਂ ਵਾਲਾ ਤਾਂ ਬਣਦਾ ਜੇ ਅਜੀਤ ਸਿੰਘ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦਾ ਹੋਵੇ, ਜੋ ਜਾਰ ਸਿੰਘ ਕੁਰਬਾਨ ਹੋ ਰਿਹਾ ਹੋਵੇ, ਤੇ ਫਿਰ
پھر متھے وٹ نہ پوے اور کہا آج مجھ سے تیری امانت ادا ہوئی بچوں کی جانے دھرم کی خاطر فدا ہوئی دھرم ایڈا پیارا ہے جنہاں نوں کیونکہ آئے دھرم واسطے دنیا نوں ٹھگن واسطے تو نہیں سن آئے انہاں نے آدھے ہی کیا دیتا ہوئے پیک دکھائے جگت کو لوگن کو بس کین تانوں پتا نہیں کہ حشر تہاڈا کی ہوئے گا انتکال کاتی کٹیو باس نرک میں لی اس واسطے پیک نہیں کرنا اڈمبر کر کے دنیا نوں نہیں دسنا دیکھ بمنی ہٹ نہ جاننا دیکھ بمنی ہٹ نہ جاننا نانکا سچ گہر ہے نانک نے سچ دا پلا پکڑیا ہے نہ ویکھ نہ پمن نہ ہٹ کچھ نہیں سچ ہے سچے دا نام تے نام بنا سب کوڑ گالی ہوشیاں او سچ دی ٹیک تے سچ دا پلا پرلاد نے پکڑیا آکھے ہم کو کہاں ستاو بار بار پرب جل تھل گر کیے پہاڑ ایک رام نہ چھوڑو گرہ گا میں رام نہیں چھڑ سکدا پتا میں نام نہیں تیاگ سکدا جے میں چھڑ دے ماں مینوں گرو دی گال لگ دی میں سوں کھادی اے سوں اٹل ہے تل نہیں سکدا ایک رام نہ چھوڑو گرہ گال موکوں کال جال پاویں مار ڈال مینوں مار دے بے شک میں مرن واسطے تیار ہاں دس تو بولو تو گرو دے حکم تے مر مٹنے سکھ آ سنیا سی ندی تردی جا رہی ہے کسی پوچھا بہ جا جٹ آرام کر لے روز تر گئی ہے تھک گئی ہوئے گی آدھے میرا ترنا ادو مکے گا جدو میں پہنچا گی میں کسی بھی تلاش وچ تر رہی ہاں تلاش ادو مکدی ہے جدو مل جاتا جنا چر نہیں ملتا تلاش جاری ہے تو سکھ دی تلاش ہے تلاش دا روپ وکھرا ہے سکھ دی تلاش ہے امرت ویلے جاگنا اشنان کرنا نام جپنا دھرم دی کرت کرنی وچوں ونڈ کے چھکنا ست سنگ وچ آونا من لاونا کتھا کیرتن وچ بہ کے جٹ گزارنا ان گرو کے سکھ دا لوک سکھی اور پرلوک سہلا ہوندا ہے واہگرو جی کا خالصہ